खतरनाक जानवर नहीं है, ये साडे ही जंगल का और साडे ही समाज का एक हिस्सा है। ये फोटोग्राफ इतने इस करके लगाए गए हैं क्योंकि जिसले साडा यूथ है वह सोचता कि नैशनल ज्योग्राफी या डिस्कवरी वगैरह कितने भी देखते हैं किसी प्लेटफॉर्म से, पर उन्होंने यह नहीं पता कि पंजाब के शिवालिक भी एक बहुत अच्छी जी वाइल्ड लाइफ होल्ड करता है। और यह जड़िया लैपड़ जिन्हों असी असल जरा नाम है पंजाबी दे विचों चित्रा बाग, इन शिवालिक के एरिए बोलते हैं। चित्रे बाग दी जिहड़ी पिक्चर्स हैगियां इह साडे कैमरा ट्रैप के थ्रू असी प्राप्त कीतियां। नो डाउट के एक पावरफुल एनिमल है, पर साडे लई कोई खतरनाक जानवर नहीं है। यह भी एक जंगल का उदा ही हिस्सा है जिदा होर जंगली जानवर जंगल के हिस्से है। ਤੁਸੀਂ ਕਹਿੰਦੇ ਕਿ ਖਤਰਨਾਕ ਨਹੀਂ ਹੈਗਾ, ਪਰ ਜਦੋਂ ਹਮਲਾ ਕਰਦਾ ਬੜਾ ਖਤਰਨਾਕ ਹਮਲਾ ਹੁੰਦਾ ਵਾ, ਸੋ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ। ਸੋ ਜਿਸਲੇ ਵਾਦੀ ਵਾਲੇ ਇਲਾਕੇ ਚ ਆ ਜਾਂਦਾ ਜੰਗਲ ਚ, ਉਹਦਾ ਬਿਹੇਵੀਅਰ ਵਾਦੀ ਵਾਲੇ ਇਲਾਕੇ ਜਿਸਲੇ ਲੋਕੀ ਉਹਨੂੰ ਘੇਰ ਲੈਂਦੇ ਆ, 200-300 ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ, ਕੋਈ ਉਹਦੇ ਮਾਰਦਾ ਆ, ਕੋਈ ਇੱਟਾਂ ਮਾਰਦਾ ਹੈ, ਵਿਦਆਊਟ ਉਹਨੂੰ ਹੈਲਪ ਕਰਨ ਦੀ ਬਜਾਏ ਲੋਕ ਉਸਨੂੰ ਇੱਕ ਤਮਾਸ਼ਾ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਫਿਰ ਉਹ ਸਿਚੁਏਸ਼ਨ ਆਉਂਦੀ ਹੈ ਕਿ ਜਾਨਵਰ ਆਪਣੇ ਬਚਾਅ ਦੇ ਵਿੱਚ ਕਿਸੇ ਤੇ ਅਟੈਕ ਕਰਦਾ ਜਾਂ ਰਿਟੈਲੀਏਟ ਕਰਦਾ, ਤੇ ਉਹ ਉਹਦਾ ਮਕਸਦ ਨਹੀਂ ਹੁੰਦਾ, ਪਰ ਇਹ ਬਿਲਕੁਲ ਇੱਦਾਂ ਹੀ ਹੁੰਦਾ। ਸੋ ਸਾਡਾ ਕੰਮ ਉਹਨੂੰ ਉੱਥੋਂ ਬਚਾਉਣਾ ਆ, ਨਾ ਕਿ ਉਹਦਾ ਅਸੀਂ ਇੱਕ ਤਮਾਸ਼ਾ ਕ੍ਰੀਏਟ ਕਰੀਏ। ਰੈਸਕਿਊ ਟੀਮ ਨੂੰ ਵੀ ਉਹਦੇ ਵਿੱਚ ਕੰਮ, ਰੈਸਕਿਊ ਟੀਮ ਵੀ ਆਪਣੇ ਜਾਨ ਰਿਸਕ ਪਾਉਂਦੀ ਹੈ ਜਾਨਵਰ ਨੂੰ ਬਚਾਉਣ ਲਈ, ਉਹ ਵੀ ਸਾਡੇ ਇਨਵਾਇਰਮੈਂਟ ਦਾ ਹਿੱਸਾ ਆ, ਸਾਡੀ ਸੁਸਾਇਟੀ ਦਾ ਹਿੱਸਾ ਆ। ਸੋ ਉਹਦੇ ਵਿੱਚ ਥੋੜ੍ਹਾ ਇੱਕ ਟਾਈਮ ਜ਼ਰੂਰ ਲੱਗਦਾ ਆ। ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਖੂਬਸੂਰਤ ਜਾਨਵਰਾਂ ਦੀਆਂ, ਜੰਗਲੀ ਜਾਨਵਰਾਂ ਦੀਆਂ ਅਤੇ ਖਤਰਨਾਕ ਜਾਨਵਰਾਂ ਦੀਆਂ ਤਸਵੀਰਾਂ ਦੇਖਦੇ ਹੋਵੋਗੇ। ਆਖਿਰ ਇਹ ਤਸਵੀਰਾਂ ਕਿਸ ਤਰ੍ਹਾਂ ਕੈਦ ਹੋ ਜਾਂਦੀਆਂ ਨੇ ਕੈਮਰੇ ਦੇ ਵਿੱਚ, ਇਹ ਤਸਵੀਰਾਂ ਕਿਸ ਤਰ੍ਹਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੱਕ, ਕਿਸ ਤਰ੍ਹਾਂ ਪਹੁੰਚਦੀਆਂ ਨੇ? ਸੋ ਅੱਜ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਲੁਧਿਆਣਾ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਵਾ, ਉੱਥੇ ਇੱਕ ਸਟਾਲ ਲੱਗਿਆ ਹੋਇਆ ਵਾ, ਸੋ ਇੱਥੇ ਇਹ ਤਸਵੀਰਾਂ ਲੱਗੀਆਂ ਹੋਈਆਂ ਨੇ ਉਹਨਾਂ ਜਾਨਵਰਾਂ ਦੀਆਂ, ਖਤਰਨਾਕ ਜਾਨਵਰਾਂ ਦੀਆਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਹੋਈਆਂ ਨੇ, ਅਤੇ ਉਹ ਕੈਮਰੇ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ। ਸੋ ਨਿਖਿਲ ਜੀ ਸਾਡੇ ਨਾਲ ਮੌਜੂਦ ਨੇ, ਅਕਸਰ ਇਹ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਪਾਉਂਦੇ ਨੇ ਔਰ ਇਹ ਜੰਗਲਾਂ ਦੇ ਵਿੱਚੋਂ ਇਹ ਫੋਟੋਆਂ ਜਿਹੜੀਆਂ ਲੈ ਕੇ ਆਉਂਦੇ ਨੇ। ਸਰ ਬਹੁਤ ਖੂਬਸੂਰਤ ਤਸਵੀਰਾਂ ਲਗਾਈਆਂ ਹੋਈਆਂ ਨੇ ਸੋਸ਼ਲ ਮੀਡੀਆ, ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਤਾਂ ਅਸੀਂ ਵੀ ਉਸਨੂੰ ਸ਼ੇਅਰ ਕਰ ਲੈਂਦੇ ਹਾਂ ਕਿ ਬਹੁਤ ਖੂਬਸੂਰਤ ਤਸਵੀਰਾਂ ਨੇ, ਡੇਂਜਰਸ ਜਾਨਵਰ ਨੇ, ਖਤਰਨਾਕ ਜਾਨਵਰ ਨੇ। ਕੈਪਚਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਵਾ, ਆਖਿਰ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਪੂਰਾ ਕੈਪਚਰ? ਦੇਖੋ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਜਾਨਵਰ ਆ ਇਹ ਕੋਈ ਖਤਰਨਾਕ ਜਾਨਵਰ ਨਹੀਂ ਹੈਗੇ, ਇਹ ਸਾਡੇ ਹੀ ਜੰਗਲ ਦਾ ਔਰ ਸਾਡੇ ਹੀ ਸਮਾਜ ਦਾ ਇੱਕ ਹਿੱਸਾ ਹੈਗੇ ਆ। ਇਹ ਫੋਟੋਗ੍ਰਾਫ ਇੱਥੇ ਇਸ ਕਰਕੇ ਲਗਾਏ ਗਏ ਆ ਕਿਉਂਕਿ ਜਿਸਲੇ ਸਾਡਾ ਯੂਥ ਆ ਉਹ ਸੋਚਦਾ ਕਿ ਨੈਸ਼ਨਲ ਜੋਗ੍ਰਾਫੀ ਜਾਂ ਡਿਸਕਵਰੀ ਵਗੈਰਾ ਤੇ ਕਿਤੇ ਵੀ ਉਹ ਦੇਖਦੇ ਆ ਕਿਸੇ ਪਲੇਟਫਾਰਮ ਤੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਸ਼ਿਵਾਲਿਕ ਵੀ ਇੱਕ ਬਹੁਤ ਅੱਛੀ ਜਿਹੜੀ ਵਾਈਲਡ ਲਾਈਫ ਹੋਲਡ ਕਰਦਾ ਆ। ਔਰ ਇਹ ਜਿਹੜੀਆਂ ਲੈਪੜ ਜਾਂ ਜਿਹਨੂੰ ਅਸੀਂ ਅਸਲ ਜਿਹੜਾ ਨਾਮ ਹੈ ਪੰਜਾਬੀ ਦੇ ਵਿੱਚ ਉਹ ਚਿੱਤਰਾ ਬਾਗ, ਇਹਨੂੰ ਸ਼ਿਵਾਲਿਕ ਦੇ ਏਰੀਏ 'ਚ ਬੋਲਦੇ ਆ। ਚਿੱਤਰੇ ਬਾਗ ਦੀਆਂ ਜਿਹੜੀਆਂ ਪਿਕਚਰਸ ਹੈਗੀਆਂ ਇਹ ਸਾਡੇ ਕੈਮਰਾ ਟ੍ਰੈਪ ਦੇ ਥਰੂ ਅਸੀਂ ਪ੍ਰਾਪਤ ਕੀਤੀਆਂ, ਉਹ ਸ਼ਿਵਾਲਿਕ ਦੇ ਫੋਰਸ ਹੀ ਹੈਗੀਆਂ। ਔਰ ਚਿੱਤਰੇ ਬਾਗ ਜਿਹੜੇ ਹੈਗੇ ਆ ਸ਼ਿਵਾਲਿਕ 'ਚ ਅੱਜ ਵੀ ਅੱਛੀ ਜਿਹੜੀ ਡੈਂਸਿਟੀ 'ਚ ਮਿਲਦੇ ਆ। ਔਰ ਸਾਡੇ ਲਈ ਇਹ ਸਟਾਲ ਲਾਉਣ ਦਾ ਮਕਸਦ ਇਹ ਹੈ ਕਿ ਇਹ ਜਾਨਵਰ ਦੇ ਬਿਹੇਵੀਅਰ ਬਾਰੇ ਯੂਥ ਨੂੰ ਜਾਂ ਪਬਲਿਕ ਨੂੰ ਜਾਣੂ ਕਰਾਉਣਾ ਕਿ ਇਹ ਕੋਈ ਨੋ ਡਾਊਟ ਕਿ ਇੱਕ ਪਾਵਰਫੁਲ ਐਨੀਮਲ ਆ, ਪਰ ਇਹ ਸਾਡੇ ਲਈ ਕੋਈ ਖਤਰਨਾਕ ਜਾਨਵਰ ਨਹੀਂ ਆ, ਇਹ ਵੀ ਇੱਕ ਜੰਗਲ ਦਾ ਉਦਾਂ ਹੀ ਹਿੱਸਾ ਹੈ ਜਿੱਦਾਂ ਹੋਰ ਜੰਗਲੀ ਜਾਨਵਰ ਜੰਗਲ ਦੇ ਹਿੱਸੇ ਹੈਗੇ। ਦੇਖੋ ਜੀ, ਜਦੋਂ ਇਹ ਜਾਨਵਰ ਜਿਹੜੇ ਲੈਪਰਡ ਨੇ ਜਦੋਂ ਸ਼ਹਿਰ ਦੇ ਵਿੱਚ ਆ ਜਾਂਦੇ ਨੇ ਕਿਸੇ ਦੇ ਘਰਾਂ ਨੂੰ ਆ ਜਾਂਦੇ ਤਾਂ ਲੋਕ ਘੇਰਾ ਪਾ ਲੈਂਦੇ ਨੇ, ਪੱਥਰਬਾਜ਼ੀ ਕਰਨ ਲੱਗ ਜਾਂਦੇ ਨੇ, ਡਰ ਜਾਂਦੇ ਨੇ ਕਿ ਉਹ ਵੀ ਹਮਲਾ ਕਰਦਾ ਡਰ ਦੇ ਮਾਰੇ। ਸੋ ਇਹ ਤੁਸੀਂ ਕਹਿੰਦੇ ਕਿ ਖਤਰਨਾਕ ਨਹੀਂ ਹੈਗਾ, ਪਰ ਜਦੋਂ ਹਮਲਾ ਕਰਦਾ ਬੜਾ ਖਤਰਨਾਕ ਹਮਲਾ ਹੁੰਦਾ ਵਾ, ਸੋ ਇਹਦੇ ਬਾਰੇ ਪੂਰੀ ਜਾਣਕਾਰੀ? ਦੇਖੋ ਹੁੰਦਾ ਕੀ ਹੈ ਕਿ ਜਿਹੜੇ ਸਾਡੇ ਜੰਗਲ ਹੈਗੇ ਇਹਨਾਂ 'ਚ ਬਹੁਤ ਤਰ੍ਹਾਂ ਦੇ ਇਸ਼ੂਜ਼ ਹੈਗੇ ਆ, ਡੀਫੋਰੈਸਟੇਸ਼ਨ ਹੈਗੀ ਆ, ਮਾਈਨਿੰਗ ਹੈਗੀ ਆ, ਫੋਰੈਸਟ ਫਾਇਰ ਹੈਗੀ ਆ, ਈਵਨ ਡਿਵੈਲਪਮੈਂਟ ਇਟਸੈਲਫ ਇੱਕ ਬਹੁਤ ਵੱਡਾ ਖਤਰਾ ਹੈਗੀ ਆ, ਜਿਹੜੀ ਅਸੀਂ ਡਿਵੈਲਪਮੈਂਟ ਇਸ ਲਈ ਕਰਦੇ ਹਾਂ, ਰੋਡਸ ਵੱਡੀਆਂ ਹੁੰਦੀਆਂ ਆ, ਕੋਈ ਕਲੋਨੀਜ਼ ਘੱਟ ਹੁੰਦੀਆਂ, ਉਹਦੇ ਵਿੱਚ ਜਿਹੜਾ ਜੰਗਲੀ ਜਾਨਵਰ ਦਾ ਪਕਸ਼ ਜਿਹੜਾ ਬਿਲਕੁਲ ਨਹੀਂ ਦੇਖਿਆ ਜਾਂਦਾ, ਵਾਈਲਡ ਲਾਈਫ ਕ੍ਰੋਸਿੰਗ, ਵਾਈਲਡ ਲਾਈਫ ਕੋਰੀਡੋਰਸ ਨਹੀਂ ਦੇਖੇ ਜਾਂਦੇ, ਉਹ ਸਿਚੁਏਸ਼ਨ ਫਿਰ ਕ੍ਰੀਏਟ ਹੁੰਦੀ ਆ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਾਨਵਰ ਕਿਸੇ ਆਬਾਦੀ ਵਾਲੇ ਇਲਾਕੇ 'ਚ ਆ ਗਏ ਆ ਨਾ। ਸੋ ਜਿਸਲੇ ਆਬਾਦੀ ਵਾਲੇ ਇਲਾਕੇ 'ਚ ਆ ਜਾਂਦਾ ਜੰਗਲ 'ਚ ਉਹਦਾ ਬਿਹੇਵੀਅਰ ਆਬਾਦੀ ਵਾਲੇ ਇਲਾਕੇ ਜਿਸਲੇ ਲੋਕੀ ਉਹਨੂੰ ਘੇਰ ਲੈਂਦੇ ਆ, 200-300 ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਆ, ਕੋਈ ਉਹਦੇ ਮਾਰਦਾ ਆ, ਕੋਈ ਇੱਟਾਂ ਮਾਰਦਾ ਹੈ, ਵਿਦਆਊਟ ਉਹਨੂੰ ਹੈਲਪ ਕਰਨ ਦੀ ਬਜਾਏ ਲੋਕ ਉਸਨੂੰ ਇੱਕ ਤਮਾਸ਼ਾ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਸਿਚੁਏਸ਼ਨ ਆਉਂਦੀ ਹੈ ਕਿ ਜਾਨਵਰ ਆਪਣੇ ਬਚਾਅ ਦੇ ਵਿੱਚ ਕਿਸੇ ਤੇ ਅਟੈਕ ਕਰਦਾ ਜਾਂ ਰਿਟੈਲੀਏਟ ਕਰਦਾ, ਤੇ ਉਹ ਉਹਦਾ ਮਕਸਦ ਨਹੀਂ ਹੁੰਦਾ, ਪਰ ਇਹ ਬਿਲਕੁਲ ਇੱਦਾਂ ਹੀ ਹੁੰਦਾ ਕਿ ਹੁਣ ਜੇ ਮੈਨੂੰ ਕੋਈ ਪਿਆ ਬੰਦੇ ਘਿਰ ਲੈਣ ਤਾਂ ਮੈਂ ਆਪਣਾ ਬਚਾਅ ਤਾਂ ਕਰਾਂਗਾ ਹੀ ਨਾ, ਆਪਣਾ ਬਚਾਅ ਕਰਨਾ ਮੇਰਾ ਇੱਕ ਫੰਡਾਮੈਂਟਲ ਰਾਈਟ ਹੈਗਾ ਆ।
सो इहदा मतलब यह नहीं है कि जानवर खतरनाक हैगा। वो इस सिचुएशन दे विच सानू यह करना चाहिए कि फॉरेस्ट से वाइल्ड लाइफ डिपार्टमेंट का नंबर अवेलेबल है तो ठीक है, नहीं तो पुलिस नूं इनफॉर्म करके भी, पुलिस भी रिलेटेड डिपार्टमेंट नूं इनफॉर्म कर देगी। उहदे विच पब्लिक जिहड़ी हैगी आ वो ये चीज़ नूं समझे, जानवर ऑलरेडी स्ट्रैस दे विच आ, वह ऑलरेडी प्रॉब्लम दे विच आ और ऑलरेडी फसिया महसूस कर रहा, हो सकता वह फटड़ हो सकता उहदे बच्चे नाल हो सकता वह पानी च गिरिया होए बहुत देर तो, जिदा तुसीं देखो नहरां पक्कियां होंगे, नहरां च बहुत जानवर गिरदे आ डेली रूटीन च गिरदे आ। सो साडा कम उहनूं उत्थों बचाउणा आ, ना कि उहदा असीं इक तमाशा क्रिएट करिए। रेस्क्यू टीम नूं वी उहदे विच कम, रेस्क्यू टीम भी अपने जान रिस्क पाती है जानवर नूं बचाउण लई, उह वी साडे एनवायरमेंट दा हिस्सा आ, साडी सोसाइटी दा हिस्सा आ। सो उहदे विच थोड़ा इक टाइम जरूर लगदा आ, बट इह चीज़ नूं सारी नूं जे सिस्टमैटिक कीता जाए दैन इक रेस्क्यू सक्सैसफुल हुंदा आ। और पंजाब फॉरेस्ट वाइल्डलाइफ डिपार्टमेंट भी काफ़ी सक्सैस रेट उहनां दा वधिया आ रेस्क्यू करन दे विच। अच्छा, हुण कैमरे बारे थोड़ी जानकारी दो, खूबसूरत तस्वीरां किस तरह कैप्चर हो जांदियां ने जंगलां दे विच। देखो ये की हैगे कि जिहड़े कैमरे हैगे आ कुछ साल तो वाइल्डलाइफ डिपार्टमेंट भी जां असीं भी वाइल्डलाइफ डिपार्टमेंट तो परमिशन लगा के अलग अलग इलाकों दे विच लाने आ। इहदा मकसद यह हुंदा कि जिहड़ी साडी हिडन वाइल्डलाइफ हैगी आ, जंगल जिहड़े जानवर सानू वैसे नहीं दिखदे पर उह रात नूं घुम्मदे आ, दैन उहनां दी साडे कोल बेसलाइन डेटा तैयार हो जांदा कि इह जानवर किहड़े किहड़े इलाके च हैगे आ, उहदे नाल कोई बच्चा हैगा आ जां उह पिंड दे किन्नी नज़दीक आउंदे आ, उहदा बिहेवियर स्टडी हुंदा आ, उह काफ़ी गल्लां इहदे विच पता लगदियां। इही कल्ले चित्रावाग ही नहीं, उहदे विच जिहड़े बारह सिंघे हो गए, नीलगाय हो गए, सूर हो गए, मोर हो गए, हर जानवर आउंदा। कई वेले ਇਹ ਜਿਹੜੇ ਸਾਡੇ ਕੈਮਰਾ ਹੈਗੇ ਆ ਇੱਕ ਵਾਈਲਡ ਲਾਈਫ ਗਾਰਡ ਦਾ ਵੀ ਕੰਮ ਕਰਦੇ, ਕਈ ਵੇਲੇ ਉਹਦੇ ਵਿੱਚ ਇੱਕ ਸ਼ਿਕਾਰੀ ਬੰਦਾ ਜਾਂ ਕੋਈ ਇੱਕ ਸ਼ਿਕਾਰੀਆਂ ਦੀ ਗੱਡੀ ਜਾਂ ਕੋਈ ਗਲਤ ਮਕਸਦ ਨਾਲ ਜੰਗਲ ਦੇ ਵਿੱਚ ਜੰਗਲੀ ਜਾਨਵਰ ਨੂੰ ਨੁਕਸਾਨ ਕਰਨ ਵਾਲੇ ਲੋਕ ਵੀ ਇਹਦੇ ਵਿੱਚ ਆ ਜਾਂਦੇ ਆ, ਜਿਹਦੇ ਨਾਲ ਉਹਨਾਂ ਨੂੰ ਥੋੜੀ ਨੱਥ ਪਾਣਾ ਸੌਖੀ ਹੋ ਜਾਂਦੀ ਹੈ। ਸੋ ਇਹ ਕੈਮਰੇ ਦੇ ਵਿੱਚ ਇਸ ਤਰ੍ਹਾਂ ਤਸਵੀਰਾਂ ਕੈਪਚਰ ਹੋ ਜਾਂਦੀਆਂ ਨੇ। ਇੱਕ ਤਸਵੀਰ ਹੋਰ ਦਿਖਾਵਾਂਗੇ ਤੁਹਾਨੂੰ, ਪਿੱਛੇ ਪੇਂਟਿੰਗ ਬਣਾਈ ਹੋਈ ਆ, ਇਹ ਸ਼ਿਵਾਲਿਕ ਦੇ ਜੰਗਲਾਂ ਦੀ ਹੀ ਪੇਂਟਿੰਗ ਹੈਗੀ ਆ। ਸੋ ਇਹ ਓਰੀਜਨਲ ਪੇਂਟਿੰਗ ਹੈਗੀ ਆ ਕਿਉਂਕਿ ਇਹ ਕਹਾਣੀ ਵੀ ਸੱਚ ਹੈਗੀ ਆ। ਨਿਕਲ ਜੀ, ਇਸ ਪੇਂਟਿੰਗ ਬਾਰੇ ਤੁਸੀਂ ਜਾਣਕਾਰੀ ਦੇ ਰਹੇ ਸੀਗੇ ਜਿਹੜੇ ਇੱਥੇ ਲੋਕ ਇੱਥੇ ਦੇਖਣ ਆਏ ਨੇ, ਸੋ ਸਾਨੂੰ ਵੀ ਜਾਣਕਾਰੀ ਦਿਓ, ਸਾਡੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਓ। ਸੋ ਇਹ ਪੇਂਟਿੰਗ ਦਾ ਇਹ ਮਕਸਦ ਹੈ ਕਿ ਮੈਂ ਇੱਕ ਛੋਟਾ ਜਿਹਾ ਚਿੱਤਰਕਾਰ ਵੀ ਹਾਂ, ਸੋ ਮੈਂ ਵਾਈਲਡ ਲਾਈਫ ਤੇ ਪੇਂਟਿੰਗ ਕਰਦਾ ਹਾਂ। ਸੋ ਇਹ ਸ਼ਿਵਾਲਿਕ ਦੇ ਹੀ ਇੱਕ ਸਟ੍ਰੀਮ ਦੇ ਜਿਹੜਾ ਉਹਦੀ ਇਕੋਲੋਜੀ ਹੈਗੀ, ਉਹਦੇ ਆਸੇ ਪਾਸੇ ਦਾ ਪਰਿਆਵਰਨ ਆ, ਉਹ ਜੰਗਲੀ ਜੀਵ ਕਿੱਦਾਂ ਉੱਥੇ ਰਹਿ ਰਹੇ ਆ ਉਹਨੂੰ ਇਹਦੇ ਦਿਖਾਇਆ ਗਿਆ ਆ। ਦੂਸਰਾ, ਯੂਥ ਨੂੰ, ਕਿਉਂਕਿ ਮੈਂ ਹਮੇਸ਼ਾ ਇਹ ਚੀਜ਼ 'ਚ ਬਿਲੀਵ ਕਰਦਾ ਕਿ ਯੂਥ ਕੰਜ਼ਰਵੇਸ਼ਨ ਨੂੰ ਐਜ਼ ਇੰਪਲੋਇਮੈਂਟ ਵੀ ਲੈ ਸਕਦੀ ਆ। ਸੋ ਜੇ ਸਾਡੇ ਜੰਗਲ ਔਰ ਜੰਗਲੀ ਜਾਨਵਰ ਬਚੇ ਰਹੂਗੇ ਤਾਂ ਹੀ ਕੋਈ ਫੋਰੈਸਟ ਗਾਰਡ, ਤਾਂ ਹੀ ਕੋਈ ਰੇਂਜ ਅਫਸਰ, ਤਾਂ ਹੀ ਕੋਈ ਮੇਰੇ ਅੰਗਰ ਕੰਮ ਕਰੇਗਾ। ਸੋ ਮੈਂ ਇੱਕ ਪ੍ਰੋਫੈਸ਼ਨਲ ਆਰਟਿਸਟ ਵੀ ਹਾਂ, ਸੋ ਜੇ ਮੈਂ ਇਹ ਕਰ ਸਕਦਾ ਤਾਂ ਕੱਲ੍ਹ ਅੱਗੇ ਇੱਕ ਹੋਰ ਯੂਥ ਜਾਂ ਕੋਈ ਹੋਰ ਆਰਟਿਸਟ ਵੀ ਕਰ ਸਕਦਾ, ਦੈਨ ਉਹ ਪ੍ਰੋਫੈਸ਼ਨਲੀ ਵੀ ਕਰ ਸਕਦਾ। ਸੋ ਜਿਹੜੀ ਵਾਈਲਡ ਲਾਈਫ ਕੰਜ਼ਰਵੇਸ਼ਨ ਹੈਗੀ ਆ ਉਹ ਇੱਕ ਉਹਨੂੰ ਪ੍ਰੋਫੈਸ਼ਨਲੀ ਵੀ ਕੀਤਾ ਜਾ ਸਕਦਾ, ਉਹਦੇ ਤੋਂ ਆਪਣਾ ਰੋਜ਼ਗਾਰ ਵੀ ਹੈਗਾ। ਪਰ ਇਹ ਰੋਜ਼ਗਾਰ ਤਾਂ ਹੀ ਹੋਏਗਾ ਜੇ ਸਾਡੇ ਜੰਗਲ ਬਚੇ ਹੋਊਗੇ, ਜੇ ਜੰਗਲ ਜਲ ਜੂਗੇ, ਸੜਿਓ ਗਲਿਓ, ਜਾਨਵਰਾਂ ਤੋਂ ਵਹੀਨ ਜੰਗਲ ਦੇਖਣ ਕਿਸੇ ਨੇ ਨਹੀਂ ਆਉਣਾ, ਨਾ ਉਹਦੇ ਲਈ ਕਿਸੇ ਨੇ ਕੋਈ ਪੈਸੇ ਦੇਣੇ ਆ। ਸੋ ਇਹ ਸਾਡੀ ਇੱਕ ਇਨਵਾਇਰਮੈਂਟਲ ਕੌਜ਼ ਦੇ ਹਿਸਾਬ ਨਾਲ ਰਿਸਪੋਂਸਿਬਿਲਟੀ ਵੀ ਆ ਔਰ ਸਾਡੇ ਅੱਗੇ ਫਿਊਚਰ ਵੀ ਆ। ਪੇਂਟਿੰਗ ਤਿਆਰ ਕਿਸ ਤਰ੍ਹਾਂ ਹੋਈ, ਥੋੜੀ ਜਾਣਕਾਰੀ ਦਿਓ, ਜਿਵੇਂ ਲੈਪਰਡ ਬੈਠਾ ਹੈ ਤੇ ਬਹੁਤ ਆਸ ਪਾਸ ਪੰਛੀ ਹੈਗੇ, ਕਿਸ ਤਰ੍ਹਾਂ ਤਿਆਰ ਹੋਈ? ਜੰਗਲ ਚ ਬੇਸਿਕਲੀ ਇੱਕ ਫਾਰਮ ਹੈਗਾ ਆ ਤੇ ਫਾਰਮ ਦੇ ਪਿੱਛੇ ਇੱਕ ਸਾਨੂੰ ਲੈਪਰਡ ਦੀ ਰਿਪੋਰਟਿੰਗ ਸੀ, ਅਸੀਂ ਕੈਮਰਾ ਟ੍ਰੈਪ ਸੈੱਟ ਕੀਤੇ ਤਾਂ ਉੱਥੇ ਮੈਨੂੰ ਪਤਾ ਲੱਗਿਆ ਕਿ ਇੱਕ ਲੈਪਰਡ ਉਹਦੀ ਤੇਂਦੂਆ ਹੈਗੀ ਆ, ਉਹਦਾ ਨਾਮ ਅਸੀਂ ਲੇਟਰ ਆਨ ਜਾ ਕੇ ਪਰੀ ਰੱਖਿਆ ਤੇ ਉਹ ਦੋ ਬੱਚਿਆਂ ਦੇ ਨਾਲ ਉੱਥੇ ਰਹਿੰਦੀ ਆ। ਤੁਸੀਂ ਰੱਖਤਾ ਪਰੀ ਰੱਖਤਾ? ਉਹ ਜੀ ਫੀਮੇਲ ਲੈਪਰਡ ਸੀ, ਉਹ ਬਹੁਤ ਸੋਹਣੀ ਸੀ ਤੇ ਉਹਦਾ ਨਾਮ ਫਿਰ ਅਸੀਂ ਪਰੀ ਰੱਖ ਦਿੱਤਾ ਤੇ ਉਹ ਆਪਣੇ ਬੱਚਿਆਂ ਨਾਲ ਉੱਥੇ ਰਹਿੰਦੀ ਆ। ਫਿਰ ਮੈਂ ਦੇਖਿਆ ਉਹਦੇ ਆਲੇ ਦੁਆਲੇ ਕਿਹੜੇ ਹੋਰ ਜਾਨਵਰ ਰਹਿੰਦੇ ਆ, ਜਿਹੜੀ ਉਹਦੇ ਆਉਣ ਦੀ ਕੋਈ ਵਾਰਨਿੰਗ ਕਾਲ ਦਿੰਦੇ ਆ ਜਾਂ ਉਹਨੂੰ ਦੱਸਦੇ ਆ ਕਿ ਜਾਨਵਰ ਉੱਥੇ ਆ ਗਿਆ ਹੈ ਨਾ, ਜਾਂ ਉਹ ਕਿਹੜੇ ਕਿਹੜੇ ਜਾਨਵਰਾਂ ਦਾ ਸ਼ਿਕਾਰ ਕਰਦਾ, ਕਿੰਨੇ ਰੂਟੀਨ 'ਚ ਕਰਦਾ ਆ। ਸੋ ਸਾਰੀ ਹੀ ਇਹ ਕਾਲਜ ਨੂੰ ਦਿਖਾਇਆ ਕਿ ਕਮਰਾ ਆ, ਕਮਰੇ ਦੇ ਪਿੱਛੇ ਉਹ ਲੈਪੜ ਆ, ਉਹ ਮੋਰ ਵੱਲ ਨੂੰ ਦੇਖਦਾ ਪਿਆ, ਮੋਰ ਟ੍ਰੀ ਤੇ ਸਿੰਬਲ ਤੇ ਜਾਣ ਦੀ ਕੋਸ਼ਿਸ਼ ਕਰ, ਸਿੰਬਲ ਕਿਉਂਕਿ ਇੱਕ ਕੰਡਿਆਂ ਵਾਲਾ ਦਰਖਤ ਆ, ਮੋਰ ਜਿਸਲੇ ਮੋਰ ਨੂੰ ਪਤਾ ਹੁੰਦਾ ਕਿ ਤੇਂਦੂਆ ਆ ਗਿਆ ਤਾਂ ਉਹ ਕੰਡਿਆਂ ਵਾਲੇ ਦਰਖਤ ਤੇ ਬਹਿਣ ਦਾ ਨੂੰ ਪਤਾ ਕਿ ਕੰਡੇ ਆ ਤੇ ਉੱਪਰ ਨਹੀਂ ਚੜੇਗਾ। ਸੋ ਇਦਾਂ ਹੀ ਆਊਟਲੈਟ ਹੈਗਾ, ਇਹ ਰਾਤ ਨੂੰ ਇਹਨੂੰ ਦੇਖਦੇ ਆ ਪਰ ਕਿਸੇ ਨੂੰ ਦੱਸਦੇ ਨਹੀਂ ਆ। ਜਿਹੜਾ ਰੂਫਸ ਟ੍ਰੀ ਪਾਈ ਹੈਗਾ, ਬਰਡ ਹੈਗਾ ਜਿਹੜੇ ਜਿਸੇ ਜਦੋਂ ਕਿਸੇ ਦਾ ਸ਼ਿਕਾਰ ਕਰ ਲੈਂਦਾ ਤੇ ਮੀਟ ਦੇ ਛੋਟੇ ਛੋਟੇ ਟੁਕੜੇ ਖਾਣ ਲਈ ਇਹ ਲੈਪਰ ਦੇ ਅੱਗੇ ਪਿੱਛੇ ਰਹਿੰਦਾ ਕਿਉਂਕਿ ਉਹ ਉਹਦੇ ਜਿਹੜੀ ਬਾਡੀ ਬਚੀ ਹੋਈ ਜਾਨਵਰ ਦੀ ਉਤੋਂ ਖਾਂਦਾ ਆ। ਇਹ ਸਟ੍ਰੀਮ ਹੈਗੀ ਆ ਸਾਡੇ ਜੰਗਲ ਦੀ, ਕੋਕਾਨਟ ਫੋਰੈਸਟ ਦੀ, ਇਹ ਬਹੁਤ ਹੀ ਵੈਲਿਊਏਬਲ ਸਟ੍ਰੀਮ ਆ। ਦੇਖੋ ਜੇ ਅੱਜ ਅਸੀਂ ਇਹ ਸਟ੍ਰੀਮਸ ਨਾ ਬਚਾਈਆਂ ਤਾਂ ਇਹ ਵੀ ਹੋ ਸਕਦਾ ਕੱਲ੍ਹ ਕੋਈ ਕੰਪਨੀ ਸਾਨੂੰ ਇਹੀ ਸਟ੍ਰੀਮ ਦਾ ਪਾਣੀ, ਫੋਰੈਸਟ ਸਟ੍ਰੀਮ ਦਾ ਨੈਚੁਰਲ ਮਿਨਰਲ ਵਾਟਰ ਕਹਿ ਕੇ 200 ਰੁਪਏ ਲੀਟਰ ਵੇਚੇ। ਸੋ ਇਹ ਸਾਡੀ ਰਿਸਪੋਂਸਿਬਿਲਟੀ ਅੱਜ ਦੇ ਟਾਈਮ 'ਚ, ਜੇ ਸਾਰਾ ਪਰਿਆਵਰਨ ਬਚਿਆ ਰਹੇਗਾ ਤਾਂ ਹੀ ਇਹ ਸਟ੍ਰੀਮ ਵੀ ਬਚੀ ਰਹੇਗੀ। ਜੇ ਪਰਿਆਵਰਨ ਔਰ ਜੰਗਲ ਔਰ ਜੰਗਲੀ ਜਾਨਵਰ ਨਾ ਰਹੇ ਤਾਂ ਸਟ੍ਰੀਮ
जमीन भी सुक जानी है। सो नैचुरली कि जिहड़ा अज दे टाइम च साडा जिहड़ा पानी कंटैमिनेटेड होना एक मेन मुद्दा आ, और जिहड़ी साडे फॉरेस्ट स्ट्रीम दा पानी आ साडे शायद तुहानूं श्रोतां नूं ना पता होए इहनूं शिवालिक दे विच भारा पानी बोलदे आ। तो जिसले असीं जंगलां ट्रैक करीदा असीं पानी दी बोतलां लै के नहीं करीदा, तां असीं इह पानी नूं थोड़ा जिहा फिल्टर करके पीदा, और नैचुरली इह पानी जिहड़ा मल्टी विटामिन दे कैप्सूल अंगर कम करदा, तुहानूं बहुत पावर दिंदा, इहनूं पावरफुल पानी मन्निया जांदा आ। सो बचेगा तां ही जे इह सारी इकोलॉजी बची रहेगी, इह सारी चेन जुड़ी हुई आ। सो इही चेन नूं इस पेंटिंग दे थ्रू दिखाया गया। सो बिल्कुल यह सन निखिल जी जिन्हां ने जानकारी जिहड़ी दित्ती आ, सो अहम जानकारी हैगी आ। अगर तुसीं भी इस जानकारी नूं सुनना चाहुंदे हो जां किसे तक पहुंचाना चाहुंदे हो तां वीडियो नूं ज्यादा तों ज्यादा शेयर जरूर करियो। कैमरामैन अमन दे नाल नरेंद्र महेंद्र, जगबन टीवी लुधियाना।